ਇਟਸ ਯੂਅਰ ਬੋਡੀ ਬੋਡੀ ਬਾਬਾ ਹੋਰ ਵੀ ਕਾਫੀ ਕਲਾਕਾਰਾਂ ਦੇ ਗੀਤਕਾਰਾਂ ਦੇ ਗੀਤ ਗਾਏ ਆ ਤੇ ਮੈਨੂੰ ਕਹਿੰਦਾ ਹੁੰਦਾ ਸੀ ਪਾਲੀ ਦੇਤ ਵਾਲੀ ਤੇਰਾ ਮੈਂ ਜ਼ਰੂਰ ਗੀਤ ਗਾਉਣਾ ਵੀ ਜਦੋਂ ਮੈਂ ਚੱਲ ਗਿਆ ਉਹਨੇ ਚੇਲੇ ਤੇ ਮੇਰਾ ਗੀਤ ਗਾਇਆ ਮੇਰਾ ਬਹੁਤ ਅੱਛਾ ਗੀਤ ਗਾਇਆ ਸੋਬਰ ਜਿਹਾ ਗੀਤ ਸੀਗਾ ਬਾਕੀ ਗੱਲ ਹੈ ਵੀ ਉਹਦਾ ਸੁਭਾਅ ਬਹੁਤ ਚੰਗਾ ਸੀ ਬਾਕੀ ਗੱਲ ਹੈ ਵੀ ਦੁਨੀਆਦਾਰੀ ਦਾ ਪਤਾ ਨਹੀਂ ਲੱਗਦਾ ਵਾਹਿਗੁਰੂ ਨੇ ਕਰਮਾਂ ਦੀ ਜੋ ਉਮਰ ਲਿਖੀ ਹੁੰਦੀ ਹੈ ਹਾਂ ਬਿਲਕੁਲ ਸਮਾਂ ਆ ਜਾਂਦਾ ਬਿਲਕੁਲ ਬਿਲਕੁਲ ਤੇ ਭਾਜੀ ਹੁਣ ਸਾਨੂੰ ਤੁਸੀਂ ਇਹ ਦੱਸੋ ਵੀ ਤੁਹਾਡਾ ਮਨਪਸੰਦ ਕਲਾਕਾਰ ਕੌਣ ਹੈ ਜੀ ਮੇਰਾ ਮਨਪਸੰਦ ਕਲਾਕਾਰ ਬਹੁਤ ਨੇ ਵੀਰੇ ਜਿੰਨੇ ਸਾਡੇ ਯਮਲਾ ਜੀ ਤੋਂ ਸ਼ੁਰੂ ਹੋ ਗਏ ਮਾਨਕ ਜੀ ਛੰਦਾ ਜੀ ਤੁਸੀਂ ਯਮਲਾ ਜੀ ਦਾ ਕੋਈ ਗਾਣਾ ਸਾਨੂੰ ਸੁਣਾਓ ਹਾਂ ਯਮਲਾ ਜੀ ਦਾ ਗੀਤ ਸੁਣਾਓ ਉਹਨਾਂ ਦੇ ਗਾਣੇ ਦਾ ਮੈਨੂੰ ਲੱਗਦਾ ਵੀ ਜਦੋਂ ਤੱਕ ਇਹ ਸੰਗੀਤ ਰਹੂਗਾ ਚੱਲਦੇ ਰਹਿਣੇ ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਦੋ ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਦੋ ਸਖੀਆ ਨਾਮ ਸਾਈਂ ਦਾ ਬੋਲ ਨਾਮ ਸਾਈਂ ਦਾ ਬੋਲ ਸਖੀਆ ਨਾਮ ਸਾਈਂ ਦਾ ਬੋਲ ਹੋ ਨਾ ਕਰਨੀ ਹਿੰਦ ਪਿਆਰੀ ਨੀ ਕਿਸੇ ਨੀ ਫੇਰ ਉਠਾਉਣਾ ਹੋ ਦੇਖੀ ਤੈਨੂੰ ਜਾਗ ਨੀ ਆਉਣੀ ਕਿਦਾਂ ਨੀ ਐਸਾ ਸੋਣਾ ਹੋ ਇਸ ਮਿੱਟੀ ਨੇ ਫਿਰ ਨੀ ਸੁਣਨੇ ਵੱਜਣ ਕੰਨਾਂ ਵਿੱਚ ਠੋਲ ਨਾਮ ਸਾਈਂ ਦਾ ਬੋਲ ਸਖੀਆ ਨਾਮ ਸਾਈਂ ਦਾ ਬੋਲ ਇੱਕ ਚੀਜ਼ ਹੋਰ ਜਿਵੇਂ ਅੱਜ ਕੱਲ੍ਹ ਜਿਹੜੇ ਸਿੰਗਰ ਆ ਉਹ ਫਿਲਮਾਂ 'ਚ ਆ ਰਹੇ ਆ ਤੁਸੀਂ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਵੀ ਜਿਵੇਂ ਤੁਸੀਂ ਬਹੁਤ ਲੰਬਾ ਸਮਾਂ ਹੋ ਗਿਆ ਤੁਹਾਨੂੰ ਗੱਲ ਆ ਮੈਨੂੰ ਇਹ ਚਾਅ ਵੀ ਮੈਂ ਗਾਵਾਂ ਸਟੇਜ ਤੇ ਗਾਵਾਂ ਰੇਡੀਓ ਤੇ ਗਾਵਾਂ ਤੇ ਟੀਵੀ ਤੇ ਗਾਵਾਂ ਬਾਕੀ ਜਿਹੜੇ ਕੰਮ ਦੇ ਬੰਦਾ ਕਾਬਲ ਨਾ ਉਹ ਕਰਨਾ ਸਾਡੇ ਕਈ ਕਲਾਕਾਰਾਂ ਨੇ ਬਹੁਤ ਪਿੱਛੇ ਵੀ ਚੱਲੀਆਂ ਵੀ ਨੀ ਪੈਸਾ ਵੀ ਖਰਚ ਹੋ ਜਾਂਦਾ ਮੈਂ ਕਹਿੰਦਾ ਵੀ ਇਸ ਤਰ੍ਹਾਂ ਨਾ ਹੋਵੇ ਕਿਤੇ ਜਾਂ ਜ਼ਿਆਦਾ ਉਮਰ ਹੋਊਗੀ ਮੈਂ ਠੇਡੇ ਖਾਂਦੇ ਫਿਰ ਵੀ ਅਮਿਤਾਬ ਬੱਚਨ ਦੀ ਆਪਣੀ ਪੰਜਾਬੀ ਫਿਲਮ ਵੀ ਜਿਵੇਂ ਸਰਪੰਚ ਸੀ ਹੈ ਨਾ ਬੜੇ ਹੋਰ ਵੀ ਕਈ ਫਿਲਮਾਂ ਆਉਂਦੀਆਂ ਨੇ ਆਪਣੇ ਹਾਂ ਇਹ ਜਿਹੜਾ ਆਪਣੇ ਨਵੇਂ ਕਲਾਕਾਰ ਐਕਟਰ ਤੁਸੀਂ ਮਨਪਸੰਦ ਮੈਂ ਅਮਿਤਾਬ ਬੱਚਨ ਨੂੰ ਸਭ ਤੋਂ ਬਾਲੀਵੁੱਡ ਦੇ ਵਿੱਚ ਤੇ ਭਾਜੀ ਅੰਤ ਦੇ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਜ਼ਰੂਰ ਸੁਣਾ ਦਿਓ ਇੱਕ ਫਿਰ ਆਪਾਂ ਤੁਹਾਡੇ ਤੋਂ ਲਵਾਂਗੇ ਇਜਾਜ਼ਤ ਹੁਣ ਪੇਕੇ ਤੋਂ ਹੁਣ ਪੇਕੇ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਸਦੇ ਭੈਣਾਂ ਮੰਗਦੀਆਂ ਭੈਣਾਂ ਮੰਗਦੀਆਂ ਰੱਬ ਤੋਂ ਦੁਆਵਾਂ ਵੀਰ ਮੇਰੇ ਰਹਿਣ ਵਸਦੇ ਵੇ ਵੀਰ ਮੇਰੇ ਰਹਿਣ ਵਸਦੇ